ਗੁਰਮੁਖ ਪਿਆਰਿਓ ਅੱਜ ਆਪਾਂ ਇਹ ਬੇਨਤੀਆਂ ਸਮਝਾਂਗੇ ਦੇਖੋ 2024 ਤੇ 2025 ਇਹਨਾਂ ਦੇ ਵਿੱਚ ਕੀ ਹੋਣ ਵਾਲਾ ਹੈ ਇਹੋ ਜਾਂ ਕੀ ਹੋ ਜੇਗਾ ਕਿ ਅੱਜ ਹੀ ਲੋਕ ਡਰੇ ਬੈਠੇ ਨੇ ਮੈਂ ਕਈ ਸਾਰੀਆਂ ਵੀਡੀਓ ਵੇਖੀਆਂ ਕਈ ਲੋਕ ਵਿਦਵਾਨ ਜਿਹੜੇ ਨੇ ਉਹ ਇਸ ਤੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਬਹੁਤ ਕੁਝ ਉਹਨਾਂ ਨੇ ਮਤਲਬ ਬਿਆਨ ਕੀਤਾ ਹੈ ਜਿਹੜੇ గ్రంథਾਂ ਦੇ ਵਿੱਚੋਂ ਪੜ੍ਹ ਕੇ ਵੇਦਾਂ ਦੇ ਗਿਆਤੇ ਨੇ ਸਨਾਤਨੀ ਧਰਮ ਦੇ ਪ੍ਰਚਾਰਕ ਉਹਨਾਂ ਨੇ ਵੀ ਬਹੁਤ ਕੁਝ ਦੱਸਿਆ ਸੋ ਆਪਾਂ ਕੁਝ ਬੇਨਤੀਆਂ ਸਮਝਾਂਗੇ ਕਿ ਵਾਕਈ ਅਜਿਹਾ ਕੁਝ ਹੋਣ ਵਾਲਾ ਹੈ ਕੀ ਡਰ ਸੱਚ ਹੈ ਸੋ ਆਪਾਂ ਬੇਨਤੀਆਂ ਸਮਝਾਂਗੇ ਪਹਿਲਾਂ ਤਾਂ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਨੇ ਕਰਨਾ ਹੈ ਉਹਨੇ ਕਿਸੇ ਤੋਂ ਸਲਾਹ ਨਹੀਂ ਜੇ ਲੈਣੀ ਜੋ ਉਹਨੇ ਕਰਨਾ ਹੈ ਉਹਨੇ ਕਰਕੇ ਰਹਿਣਾ ਆਪਾਂ ਉਹਨੂੰ ਰੋਕ ਨਹੀਂ ਸਕਦੇ ਅੱਜ ਆਪਾਂ ਡਰ ਬਣਾ ਕੇ ਬੈਠੇ ਆਂ ਵੀ 24 ਚ ਪਤਾ ਨਹੀਂ ਕੀ ਹੋ ਜਾਣਾ ਹੈ 2025 ਚ ਪਤਾ ਨਹੀਂ ਕੀ ਹੋ ਜਾਣਾ ਹੈ ਸੋ ਜਿਹੜੀ ਗੱਲ ਦੀ ਚਿੰਤਾ ਕਰਨ ਵਾਲੀ ਹੈ ਉਹਦੀ ਚਿੰਤਾ ਨਹੀਂ ਇਨਸਾਨ ਕਰ ਰਿਹਾ ਪਰਸ਼ਾ ਨੇ ਇਥੋਂ ਤੱਕ ਇਨਸਾਨ ਨੂੰ ਸਮਝਾਇਆ ਪਰਸ਼ਾ ਕਹਿੰਦੇ ਕਾਹੇ ਭਈਆ ਫਿਰ ਤੂ ਫੁਲਿਆ ਫੁਲਿਆ ਜਦ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਦੇਖੋ ਇਹਨਾਂ ਪੰਕਤੀਆਂ ਦੇ ਵਿੱਚ ਸਤਿਗੁਰੂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਹੇ ਭਾਈ ਤੂੰ ਕਿਸ ਗੱਲੋਂ ਕਿਸ ਹੰਕਾਰ ਵਿੱਚ ਆਫਰਿਆ ਫਿਰਦਾ ਫੁੱਲਿਆ ਫੁੱਲਿਆ ਆਪ ਕਹਿੰਦਾ ਵੀ ਫੁੱਲਿਆ ਫੁੱਲਿਆ ਫਰਦਾ ਇਹ ਤਾਂ ਉਹੀ ਆਕੜ ਦਾ ਮਾਰਿਆ ਪਿਆ ਇਹ ਤਾਂ ਉਹੀ ਫਿਰਦਾ ਜੀ ਆਪਾਂ ਕਹਿੰਦੇ ਆ ਵੀ ਉਹੀ ਫੁੱਲਿਆ ਪਿਆ ਜੀ ਮੂਰੇ ਹੋ ਕੇ ਫਿਰਦਾ ਜੀ ਐਂ ਜੀ ਆਪਾਂ ਬਹੁਤ ਤਰ੍ਹਾਂ ਦੀਆਂ ਕਹਾਵਤਾਂ ਵਰਤਨੇ ਆਂ ਪਰਸ਼ਾ ਕਹਿੰਦੇ ਕਾ ਤੂੰ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ ਫੁੱਲਿਆ ਫਿਰਦਾ ਹੈ ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਉਦਰ ਦੇ ਵਿੱਚ ਪੁੱਠਾ ਲਟਕਦਾ ਰਿਹਾ ਤੇ ਯਾਦ ਰੱਖ ਅੱਜ ਤੇਰੀ ਇੱਥੇ ਜਿਹੜੀ ਸੀਮਤ ਗਤੀ ਹੈ ਨਾ ਉਹ ਕੋਈ ਬਹੁਤੀ ਧੀਰ ਨਹੀਂ ਉਹ ਪਰਮਾਤਮਾ ਨੂੰ ਪਤਾ ਹੈ ਉਹ ਤੈਨੂੰ ਨਹੀਂ ਪਤਾ ਦੇਖੋ ਇੱਕ ਬੇਨਤੀ ਕਰਾਂ ਇੱਕ ਵਿਦਵਾਨ ਨੇ ਬਹੁਤ ਸੋਣਾ ਲਿਖਿਆ ਉਹ ਵਿਦਵਾਨ ਕਹਿੰਦਾ ਹੈ ਕਹਿੰਦਾ ਪਤਾ ਸਾਡਾ 1 ਮਿੰਟ ਦਾ ਨਹੀਂ ਪਰ ਤਿਆਰੀ ਅਸੀਂ ਕਹਿੰਦਾ 100 ਸਾਲ ਦੀ ਕਰੀ ਬੈਠੇ ਆ ਇਹਨਾਂ ਦੋ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਛੁਪਿਆ ਹੈ ਭਾਵ ਬੰਦਾ ਕਹਿੰਦਾ ਆ ਵੀ ਹੋਵੇ ਉਹ ਵੀ ਹੋਵੇ ਮੈਂ ਨਹੀਂ ਕਹਿੰਦਾ ਵੀ ਸਹੂਲਤਾਂ ਹੋਣੀਆਂ ਫੈਸਿਲਿਟੀਆਂ ਹੋਣੀਆਂ ਮਾੜੀ ਗੱਲ ਆ ਹੋਣੀਆਂ ਚਾਹੀਦੀਆਂ ਪਰ ਬੰਦਾ ਬਿਨਾਂ ਗੱਲੋਂ ਹੀ ਜੇ ਆਪਾਂ ਨੂੰ ਦੋ ਨਾਲ ਸੱਰ ਰਿਹਾ ਤੇ ਬੰਦਾ ਕਹਿੰਦਾ 10 ਹੋਣ ਜੇ ਆਪਾਂ ਨੂੰ 2 ਕਰੋੜ ਮਿਲ ਜੇ ਆਪਾਂ ਕਹਿੰਦੇ ਆ ਜੀ 4 ਕਰੋੜ ਹੋ ਜਾਏ ਜੇ 10 ਕਰੋੜ ਮਿਲ ਜੇ ਆਪਾਂ ਕਹਿੰਦੇ ਆ 20 ਕਰੋੜ ਹੋ ਜਾਏ ਤਮੰਨਾ ਇਹ ਵਾਸ਼ਨਾ ਇਹ ਨਹੀਂ ਨਾ ਭਰਦੀ ਇਹ ਅੱਗੇ ਦੀ ਅੱਗੇ ਚੱਲਦੀ ਹੈ ਅੱਗੇ ਦੀ ਅੱਗੇ ਫਿਰਦਾ ਰਹਿੰਦਾ ਤੇ 파르ਸ਼ਾ ਨੇ ਇਸੇ ਕਰਕੇ ਕਾਹੇ ਭਈਆ ਫਿਰ ਤੋ ਫੁਲਿਆ ਫੁਲਿਆ ਕਿਉਂ ਫੁਲਿਆ ਫਿਰਦਾ ਕਿਉਂ ਭਾਈ 파르ਸ਼ਾ ਨੇ ਫਿਰ ਇੱਕ ਉਦਾਹਰਨ ਦਿੱਤੀ 파르ਸ਼ਾ ਕਹਿੰਦੇ ਜਿਉ ਮਦ ਮਾਖੀ ਤੋ ਸਠੋਰ ਰਸ ਜੋਰ ਜੋਰ ਤਾ ਧਨ ਕੀਆ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੀ ਐ ਤੇਵੇਂ ਮੂਰਖ ਬੰਦੇ ਨੇ ਸਰਫੇ ਕਰ-ਕਰ ਕੇ ਧਨ ਜੋੜਿਆ ਪਰ ਆਖਰ ਉਹ ਬੇਗਾਨਾ ਹੀ ਹੋ ਗਿਆ ਬੇਗਾਨਾ ਹੀ ਹੋਇਆ ਹੈ ਸੋ ਸਾਧ ਸੰਗਤ 파ਰਸ਼ਾ ਨੇ ਫਿਰ ਗਿਆ ਮਰਤੀ ਬਾਰ ਲਿਹੋ ਲਿਹੋ ਕਰੀਐ ਭੂਤ ਕਫਨ ਕਿਉਂ ਦੀਆ ਦੇਖੋ ਜੀ 파ਰਸ਼ਾ ਨੇ ਮਰਤੀ ਵਾਰ ਲੇ ਹੋ ਲੇ ਹੋ ਕਰੀਏ ਭੂਤ ਰਹਿਣ ਕਿਉਂ ਦੀਆ ਮੌਤ ਆਈ ਤਾਂ ਸਭ ਇਹੋ ਹੀ ਆਖਦੇ ਨੇ ਲੈ ਚੱਲੋ ਲੈ ਚੱਲੋ ਚੱਕ ਲੋ ਚੱਕ ਲੋ ਇਹ ਬੀਤ ਚੁਕਿਆ ਹੈ ਇਹ ਬਹੁਤਾ ਚਿਰ ਘਰ ਰੱਖਣ ਦਾ ਇਹਨੂੰ ਕੋਈ ਲਾਭ ਨਹੀਂ ਹੈ ਇਹਨੂੰ ਛੇਤੀ ਛੇਤੀ ਸੰਸਕਾਰ ਕਰੋ ਅਸੀਂ ਆਪੋ ਆਪਣੇ ਕਮਾਂਕਾਰਾਂ ਤੇ ਵੀ ਜਾਣਾ ਮੈਨੂੰ ਮਾਫ ਕਰਿਓ ਫਿਰ ਇਹੋ ਜਿਹਾ ਕੱਲਾ ਵੀ ਹੋਣ ਲੱਗ ਜਾਂਦੀਆਂ ਨੇ ਸੋ ਇਹ ਬੇਨਤੀਆਂ ਮੈਂ ਤਾਂ ਕੀਤੀਆਂ ਪਿਆਰਿਓ ਅੱਜ ਅਸੀਂ ਹੜਾਂ ਦੇ ਨਾਲ ਪ੍ਰਭਾਵਿਤ ਹੈ ਅੱਜ ਪਤਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਐਕਸੀਡੈਂਟ ਆਏ ਨੇ ਅਸੀਂ ਕਿੰਨਾ ਕੁਝ ਗਵਾ ਚੁੱਕੇ ਆ ਹੜ੍ਹਾਂ ਦੇ ਕਾਰਨ ਵੀ ਬਹੁਤ ਕੁਝ ਗਵਾ ਚੁੱਕੇ ਆ ਪਰ ਕਈ ਲੋਕ ਹਲੇ ਵੀ ਨਹੀਂ ਹਟ ਰਹੇ ਹਲੇ ਵੀ ਉਹ ਕਹਿੰਦੇ ਨੇ ਨਹੀਂ ਜੀ ਨਹੀਂ ਆਏ ਹੋ ਗਿਆ ਜੀ ਉਹ ਟੀਚਰਾਂ ਕਰਦੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜ ਗਿਆ ਮੈਂ ਬੇਨਤੀ ਕਰਾਂ ਉਹ ਪਰਮਾਤਮਾ ਕਈ ਵਾਰੀ ਨੇੜੇ ਹੋ ਕੀ ਸੁਣ ਲੈਂਦਾ ਇਸ ਕਰਕੇ ਅਜਿਹਾ ਕਰਨਾ ਮੂਰਖਮਤੀ ਹੈ ਆਪਣੀ ਮਤ ਦਾ ਪ੍ਰਗਟਾਵਾ ਕਰਨਾ ਹੈ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ ਸਜਣੋ ਅਜਿਹਾ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ ਸੋ ਮੈਂ ਬੇਨਤੀਆਂ ਕਰਾਂ ਪਿਆਰਿਓ ਅੱਜ ਹੜ ਆਏ ਅੱਜ ਦੀ ਸੋਚੋ ਵੀ ਅਸੀਂ ਕਿਵੇਂ ਸਮਾਂ ਕੱਢਣਾ ਹੈ ਕਿਵੇਂ ਗੁਜ਼ਾਰਨਾ ਹੈ ਉਸ ਗੁਰੂ ਨੂੰ ਅਰਦਾਸ ਕਰੋ ਪਰ ਵੇਖੋ ਚਿੰਤਾ ਨਾ ਕਰੋ ਵੀ 24 ਚ ਕੀ ਹੋਣਾ 25 ਚ ਕੀ ਹੋਣਾ ਮੈਨੂੰ ਮaaf ਕਰਿਓ ਕਈ ਲੋਕ ਤੇ ਅੱਜ ਹੜਾਂ ਚ ਬੈਠੇ ਨੇ ਪਾਣੀ ਚ ਬੈਠੇ ਨੇ ਪਰ ਚਿੰਤਾ ਉਹਨਾਂ ਨੂੰ 2024 ਦੀਆਂ ਵੋਟਾਂ ਦੀ ਸਤਾਰੀ ਹੈ 2024 ਦੇ ਵਿੱਚ ਕਿਹਦੀ ਸਰਕਾਰ ਬਣੇਗੀ 2024 ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕੌਣ ਬੈਠੇਗਾ ਇਹੋ ਜੀਆਂ ਚਿੰਤਾਵਾਂ ਉਹਨਾਂ ਲੋਕਾਂ ਨੂੰ ਸਤਾ ਰੀਆਂ ਨੇ ਸੋ ਸਾਧ ਸੰਗਤ ਇਮੇ ਬੇਨਤੀਆਂ ਕਰਕੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਨਾ ਪਿਆਰਿਓ ਕਿ ਅੱਜ ਆਪਣੀ ਵਾਲੀ ਸਥਿਤੀ ਦਾ ਖਿਆਲ ਛੱਡ ਕੇ ਆਪਣੇ ਘਰਵਰ ਦੀ ਗ੍ਰਸਤੀ ਦਾ ਧਿਆਨ ਛੱਡ ਕੇ ਉਹ ਬੰਦੇ ਅੱਜ ਵੀ ਪਾਣੀਆਂ 'ਚ ਬੈਠੇ ਹੜਾਂ 'ਚ ਬੈਠੇ ਸਰਕਾਰਾਂ ਦੀ ਅਲੋਚਨਾ ਕਰਦੇ ਨੇ ਹਾਂਜੀ ਸਰਕਾਰਾਂ ਕਰ ਰਹੀ ਹੈ ਜੀ ਉਹ ਕਰ ਰਹੀ ਹੈ ਜੀ ਤੁਹਾਡੇ ਘਰ ਟਹਿ ਗਏ ਘਰਾਂ 'ਚ ਪਾਣੀ ਵੜ ਗਿਆ, ਮਾਲ ਡੰਗਰ ਪਸ਼ੂ ਤੁਹਾਡਾ ਹੜ ਚੁੱਕੇ ਐ ਤੇ ਹਲੇ ਵੀ ਸਰਕਾਰਾਂ ਦੀ ਵਾਹ ਵਾਹ ਬੱਲੇ ਉਹ ਪੰਜਾਬੀਓ ਅਸੀਂ ਉਹ ਲੋਕਾਂ ਜਿਹੜੇ ਲੋਕ ਅਣਖੀ ਤੇ ਅਣਖੀਲੇ ਨੇ ਯੋਧੇ ਨੇ ਆਪਣੇ ਉੱਪਰ ਆਈਆਂ ਮਾਰਾਂ ਦਾ ਜਿਨ੍ਹਾਂ ਨੂੰ ਪਰਵਾਹ ਕੋਈ ਨਹੀਂ ਹੁੰਦਾ ਕੋਈ ਕੋਈ ਮਨ ਦੇ ਵਿੱਚ ਪ੍ਰਭਾਵ ਨਹੀਂ ਹਮੇਸ਼ਾ ਚੜਦੀ ਕਲਾ ਇੱਕ ਵੀਡੀਓ ਵੇਖੀ ਇੱਕ ਬਜ਼ੁਰਗ ਬਾਪੂ ਉਹਦੇ ਘਰ ਦੇ ਵਿੱਚ ਪਾਣੀ ਵੜ ਗਿਆ ਮੌਜੂਦਾ ਪਿੰਡ ਦਾ ਸਰਪੰਚ ਵੀ ਅਸ਼ਾਇ ਤੁਸੀਂ ਵੀ ਉਹ ਵੀਡੀਓ ਵੇਖੀ ਹੋਵੇ ਪਰ ਮੈਂ ਹੌਸਲੇ ਦੀ ਗੱਲ ਕਰ ਰਿਹਾ ਉਹ ਬਾਪੂ ਬਜ਼ੁਰਗ ਕਹਿੰਦੇ ਕਹਿੰਦਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਬਾਬੇ ਦੀ ਮਰਜ਼ੀ ਜਿਸ ਤਰ੍ਹਾਂ ਸਤਿਗੁਰੂ ਦੀ ਮਰਜ਼ੀ ਜੇ ਉਹਨੇ ਇਹੋ ਹੀ ਚਾਇਆ ਕੋਈ ਗੱਲ ਨਹੀਂ ਕਹਿੰਦਾ ਅਸੀਂ ਉਹਦੇ ਬੱਚੇ ਆ ਉਹ ਸਾਡਾ ਮਾੜਾ ਥੁੜੀ ਕਰੇਗਾ ਸਭ ਖਬਰੇ ਦੇ ਵਿੱਚ ਵੀ ਕੋਈ ਉਹਦੀ ਭਲਾ ਕਰਨ ਦੀ ਨੀਤੀ ਹੋਵੇ ਮੈਂ ਸੋਚ ਦੀ ਗੱਲ ਕਰ ਰਿਹਾ ਵੀ ਦੇਖੋ ਬੰਦਾ ਹਲੇ ਵੀ ਨਹੀਂ ਡੋਲਿਆ ਸਮਾਨ ਵੀ ਖਰਾਬ ਹੋ ਗਿਆ ਘਰ ਚ ਪਾਣੀ ਵੜ ਗਿਆ 5 5 ਫੁੱਟ ਪਰ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਜ਼ਿੰਦਗੀ ਰਹੀ ਤਾਂ ਫੇਰ ਕਰ ਲਾਂਗੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਸੀ ਉਹ ਪ੍ਰਮਾਤਮਾ ਲੈ ਗਿਆ ਕੋਈ ਗੱਲ ਨਹੀਂ ਖਰਾਬ ਹੋ ਗਿਆ ਉਹ ਫੇਰ ਬਾਅਦ ਚ ਵੀ ਉਹੀ ਦੇਣ ਆਲਾ ਹੈ ਤੇ ਅਸੀਂ ਇੱਕ ਵਾਰੀ ਚੀਜ਼ ਖਰਾਬ ਕਰ ਲਾਂਗੇ ਅਸੀਂ ਇੱਕ ਵਾਰ ਲੈ ਲਾਂਗੇ ਦੋ ਵਾਰੀ ਪਰ ਉਹ ਵਾਰ-ਵਾਰ ਦਿੰਦਾ ਰਹੇਗਾ ਵੀ ਲੈ ਫੜ ਲੈ ਜਾ ਦਾਤਾ ਜਿੰਨੀਆਂ ਚਾਹੀਦੀਆਂ ਨੇ ਸੋ ਮੈਂ ਬੇਨਤੀਆਂ ਕਰਾਂ ਪਿਆਰਿਓ ਕਈ ਲੋਕ ਇਹੋ ਜਿਹੇ ਚੜ੍ਹਦੀ ਕਲਾ ਵਿੱਚ ਕਈ ਇਹੋ ਜਿਹੇ ਨੇ ਜਿਹੜੇ ਅੱਜ ਵੀ ਰੱਬ ਨੂੰ ਉਲਾਂਬੇ ਦੇ ਰਹੇ ਨੇ ਵਿਆਹ ਕੀ ਕਰਤਾ ਜੀ ਸਾਡੇ ਨਾਲ ਐ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਮੈਂ ਬੇਨਤੀ ਕਰਾਂ ਪਿਆਰਿਓ ਰੱਬ ਨੂੰ ਉਲਾਂਬਾ ਦੇਣਾ ਠੀਕ ਨਹੀਂ ਹੈ ਰੱਬ ਪਰਮਾਤਮਾ ਨੇ ਜੋ ਕਰਨਾ ਸੀ ਉਹ ਹੋ ਚੁੱਕਿਆ ਪਿਆਰਿਓ ਪਰ ਅੱਜ ਅਸੀਂ ਉਹਨੂੰ ਉਲਾਂਬਾ ਦੇ ਕੇ ਆਪਣੀ ਮੱਤ ਦਾ ਪ੍ਰਗਟਾਵਾ ਨਾ ਕਰੀਏ ਆਪਣੀ ਛੋਟੀ ਮੱਤ ਦਾ ਪ੍ਰਗਟਾਵਾ ਨਾ ਕਰੀਏ ਜੋ ਨੇ ਕਰਨਾ ਸੀ ਉਹ ਤੇ ਹੋ ਹੀ ਚੁੱਕਿਆ ਹੈ ਆਰਸ਼ਾ ਕਿੰਦੇ ਵੀ ਇਸ ਕਰਕੇ ਕਈ ਬੰਦੇ ਹੰਕਾਰੀ ਸੀ ਉਹਨਾਂ ਦਾ ਹੰਕਾਰ ਵੀ ਟੁੱਟਿਆ ਗਿਆ ਤੇ ਅੱਜ ਉਹ ਬੰਦੇ ਸੜਕਾਂ ਤੇ ਬੈਠ ਗਏ ਮੈਨੂੰ ਮਾਫ ਕਰਿਓ ਰੱਬ ਨਾ ਕਰੇ ਕਦੇ ਕਿਸੇ ਦੇ ਅਜਾ ਸਮਾਂ ਆਵੇ ਪਰ ਮੈਨੂੰ ਕਹਿਣਾ ਪਏਗਾ ਕਿ ਫੁਗਰੀ ਦੇਖ ਕੇ ਮਾਰਨੀ ਚਾਹੀਦੀ ਹੈ ਕਿ ਰੱਬ ਨੂੰ ਭੁੱਲ ਕੇ ਕਿਹੜੇ ਜੜੇ ਬੰਦੇ ਉੱਚੀਆਂ ਗੱਲਾਂ ਕਰਦੇ ਨੇ ਤੇ ਅੱਜ ਉਹ ਬੰਦੇ ਖੁਦ ਸੜਕਾਂ ਤੇ ਬੈਠੇ ਨੇ ਸੋ ਸਾਧ ਸੰਗਤ ਆਪਣਾ ਉੱਚਾ ਵੇਖ ਕੇ ਨੀਵੇਂ ਨੂੰ ਵੇਖ ਕੇ ਮਜ਼ਾਕ ਕਰਨਾ ਬਹੁਤ ਮਾੜੀ ਗੱਲ ਹੋਇਆ ਕਰਦੀ ਹੈ ਅੱਜ ਉਹ ਲੋਕ ਵੀ ਘਰੋਂ ਬੇਕਾਰ ਹੋ ਗਏ ਖੈਰ ਮਾੜਾ ਹੋਇਆ ਤੇ ਆਪਾਂ ਇਹੋ ਹੀ ਕਵਾਂਗੇ ਸਤਿਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾਹਗੇ ਅਰਦਾਸ ਕਰੀਏ ਅੱਜ ਦੇ ਸਮੇਂ ਨੂੰ ਆਪਾਂ ਸੰਭਲਣ ਦੀ ਕੋਸ਼ਿਸ਼ ਕਰੀਏ 2024 2025 ਦੀ ਚਿੰਤਾ ਨਾ ਕਰੀਏ ਤੇ ਸਾਧ ਸੰਗਤ ਕੀ ਪਤਾ ਹੈ ਉਸ ਵੇਲੇ ਕਿਹੜੇ ਰਾਜੇ ਦੀ ਪਰਜਾ ਹੋਏਗੀ ਜਿਸ ਤਰ੍ਹਾਂ ਬਜ਼ੁਰਗ ਕਹਿੰਦੇ ਨੇ ਇਸ ਕਰਕੇ ਜ਼ਰੂਰ ਇਹਨਾਂ ਬੇਨਤੀਆਂ ਨੋ ਧਿਆਨ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ